ਸਾਰਿਆਂ ਨੂੰ ਸਾਰਿਆਂ ਨੂੰ ਹੋਵੋਗੇ ਮਿਲੋ ਪਹਿਲਾਂ ਇਹ ਆ ਪਾਪਾ ਇਹ ਆ ਬਿੰਦੂ ਮਾਸੀ ਅੱਗੇ ਅੱਗੇ ਬੋਲੋ ਇਹ ਬਾਬੂ ਸਿੰਘ ਦਾ ਟੱਬਰ ਇਹ ਬਾਂਤਾ ਸਿੰਘ ਦਾ ਟੱਬਰ ਚਲੋ ਜੀ ਇੱਧਰ ਬਾਂਤਾ ਸ਼ੇਰਗਿੱਲ ਜੀ ਲਓ ਜੀ ਅੰਕਲ ਬੜਾ ਗੁੱਸੇ ਚ ਆ ਅੰਕਲ ਕਹਿੰਦਾ ਮੈਂ ਇਹਦਾ ਟਾਈਮ ਹੈ ਨੀ ਗਾ ਲਓ ਜੀ ਹੋਮ ਟੂਰ ਦਾ ਹਾਲੇ ਪੇ ਟੈਲਾਂ ਟੂਲਾਂ ਦਾ ਪਿਆ ਗਮਲਾ ਰਹਿ ਗਿਆ ਚਲੋ ਸਿੰਮੀ ਨੇ ਬੰਨੀ ਤੋੜਤੀ ਹੁਣੇ ਹੁਣੇ ਆ ਜਾਓ ਕਹਿ ਕੇ ਦੱਬੀ ਦਾ ਮੜ ਜਾ ਹਾਂ ਠੀਕ ਹੈ ਸ਼ਾਮ ਦਾ ਨਾਈਟ ਵਿਊ ਕਰ ਦੇਈ ਪੌੜੀਆਂ ਚੜ ਚੜ ਕੇ ਇਹ ਲਵਾਇਆ ਸੀ ਮੀਂਹ ਨੇ ਇਹ ਸਾਡੀ ਹੈ ਲੋਬੀ ਪਹਿਲਾਂ ਫਰੰਟ ਤੇ ਇਧਰਲੇ ਪਾਸੇ ਦਿਖਾਓ ਤੁਮ ਇਹ ਸਾਡੀ ਲੋਬੀ ਹੈ ਨਿੱਕੇ ਇੱਥੇ ਸੋਫੇ ਲਿਆ ਕੇ ਰੱਖਾਂਗੇ ਥੋੜਾ ਜਿਹਾ ਟਾਈਮ ਲੱਗੂਗਾ ਉਸ ਚੀਜ਼ ਨੂੰ ਤੇ ਬਾਕੀ ਇਹ ਖਾਲੀ ਜਗ੍ਹਾ ਰੱਖੀ ਹੋਈ ਆ ਆਹ ਵਾਲਾ ਕਮਰਾ ਮੰਮੀ ਹੁਣਾਂ ਦਾ ਆ ਮੰਮੀ ਇਹ ਲਾਈਟਾਂ ਹੀ ਬੰਦ ਰੱਖਦੇ ਬਾਈ ਕਿੰਨਾ ਨੂੰ ਬਿੱਲ ਬਚਾ ਲੈਣਾ ਸੋ ਇਹ ਤਾਂ ਮੰਮੀ ਹੁਣਾਂ ਦਾ ਕਮਰਾ ਹੈ ਆਜੋ ਇਹ ਛੋਟੀ ਮੋਟੀ ਇਹਨੇ ਟੰਗੀ ਇੱਥੇ ਛੋਟੀ ਮੋਟੀ ਓਪਨ ਕਿਚਨ ਵੀ ਖਵਾਈ ਹੈ ਜੀ ਕਿਚਨ 'ਚ ਕੰਮ ਕਰਾਉਣ ਵਾਲਾ ਪਿਆ ਆ ਬਹੁਤ ਸਾਰਾ ਅਤੇ ਇੱਕ ਵਾਸ਼ਰੂਮ ਇੱਧਰ ਹੈ ਇੱਕ ਅਟੈਚ ਸਾਡੇ ਰੂਮ ਨਾਲ ਆ ਇੱਧਰ ਵਾਸ਼ਿਸ਼ਨ ਵਗੈਰਾ ਲਗਵਾਇਆ ਆ ਆਪਣਾ ਹੋ ਗਿਆ ਵਾਸ਼ਰੂਮ ਸੋ ਇਹਨਾਂ ਦੀ ਘਰ ਆ ਅਤੇ ਬਾਕੀ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਇਹਨਾਂ ਦੇ ਰਿਵਿਊ ਲੈ ਲਓ ਮੰਮੀ ਡੈਡੀ ਦੇ ਮੰਮੀ ਰੋਟੀ ਖਾਈ ਜਾਂਦੀ ਜਿਵੇਂ ਘਰ ਖਾ ਕੇ ਬਾਕੀ ਡੈਡੀ ਨੂੰ ਪੁੱਛ ਲਓ ਕਿੱਦਾਂ ਦਾ ਲੱਗਿਆ ਘਰ ਬਹੁਤ ਵਧੀਆ ਬਾਕੀ ਸਾਰਾ ਤੁਸੀਂ ਦੇਖ ਹੀ ਲਿਆ ਸਾਰੇ ਜਣਿਆਂ ਨੇ
ਜੇ ਉੱਥੇ ਜਾ ਕੇ ਮੇਰੀ ਮੰਮੀ ਨੂੰ ਤੰਗ ਕੀਤਾ ਦੇਖ ਲੀ ਮੇਰੇ ਤੋਂ ਬੁਰਾ ਕੋਈ ਨੀ ਜਾ ਕੇ ਤੂੰ ਰਾਹ ਚ ਜੇ ਕਿਹਾ ਪੁੱਛ ਮੰਮੀ ਨੂੰ ਫੋਨ ਕਰਕੇ ਕੀ ਬਣਾਇਆ ਆ ਮੈਡੀਕਲ ਕਿੱਟ ਨੀ ਮੇਕਅਪ ਖੂਬਸੂਰਤੀ ਦਾ ਰਾਜ ਆ ਸੋ ਬਾਕੀ ਦੇਖ ਚੁੱਕੇ ਹੋ ਤੁਸੀਂ ਘਰ ਤੇ ਬਾਬਾ ਜੀ ਦੀ ਕਿਰਪਾ ਨਾਲ ਜੋ ਜੋ ਕੰਮ ਅੱਗੇ ਹੋਈ ਜਾਊਗਾ ਹੋਰ ਬਣਾਈ ਜਾਵਾਂਗੇ ਤੇ ਪਮੂ ਹੋਰ ਕੁਛ ਕਹਿਣਾ ਚਾਹੁੰਦੇ ਹੋ ਚਲੋ ਠੀਕ ਹੈ ਮੈਂ ਤੁਹਾਨੂੰ ਕੋਠਾ ਵੀ ਦਿਖਾ ਆਨੀ ਆ ਆਹ ਹਜੇ ਤਾਜ਼ੀਆਂ ਬਣੀਆਂ ਆਪਣੀਆਂ ਪੌੜੀਆਂ ਸੋ ਇੱਥੇ ਵੀ ਗ੍ਰਿਲ ਗਰੁਲ ਲਵਾਉਣੀ ਏਦਾਂ ਬੱਚੇ ਦਾ ਡਿੱਗਣ ਦਾ ਖਤਰਾ ਆ ਇੱਧਰ ਵੀ ਤੁਸੀਂ ਕਿੱਥੇ ਆ ਰਹੇ ਹੋ ਪਿੱਛੇ ਹੁਣ ਹਜੇ ਕੰਮ ਬਹੁਤ ਜ਼ਿਆਦਾ ਪਿਆ ਆ ਸੋ ਆਹ ਸਾਡਾ ਕੋਠਾ ਜਿਹੜੀਆਂ ਇੱਟਾਂ ਬੱਚੀਆਂ ਸੀ ਅਸੀਂ ਚੱਕ ਕੇ ਉੱਪਰ ਰੱਖ ਲਈਆਂ ਕਿਉਂਕਿ ਹਜੇ ਬਨੇਰੇ ਬਣਨੇ ਆ ਬਾਕੀ ਪਿੱਛੇ ਤੁਹਾਨੂੰ ਆਪਣੀ ਪੁਰਾਣੀ ਜਗ੍ਹਾ ਦਿਖਾ ਦਿੰਦੇ ਹਾਂ ਜਿੱਥੇ ਆਪਾਂ ਬਹਿੰਦੇ ਹੁੰਦੇ ਸੀ 4-5 ਮਹੀਨੇ ਇੱਥੇ ਬਹਿ ਕੇ ਕੱਢਿਆ ਧੂਣੀ ਸੇਕਦੇ ਰਹੇ ਹਾਂ ਸੱਚ ਮੈਂ ਬਲੌਗ 'ਚ ਹੀ ਦੱਸ ਦਿੰਦੀ ਹਾਂ ਆਪਾਂ ਰੋੜੀ ਵੇਚਣੀ ਹੈ ਜੇ ਕਿਸੇ ਨੇ ਲੈਣੀ ਹੋਈ ਤਾਂ ਸਾਨੂੰ ਆਈਡੀ 'ਤੇ ਮੈਸੇਜ ਕਰ ਲਿਓ ਰੋੜੀ ਵੇਚਣੀ ਰੋੜੀ ਕੱਚਾ ਪਿਆ ਆ ਕਿਸੇ ਨੇ ਭਰਤੀ ਭੁਰਤੀ ਪਾਉਣੀ ਹੋ ਉਸ ਚੀਜ਼ ਦੇ ਲਈ ਕੰਮ ਆਊਗੀ ਬਾਕੀ ਸਾਡੇ ਘਰ ਦੇ ਸਾਈਡ 'ਤੇ ਲੋਕੇਸ਼ਨ ਬਹੁਤ ਵਧੀਆ ਆ ਪਹਿਲਾਂ ਤਾਂ ਰੱਬ ਦੀ ਜਗ੍ਹਾ ਆਉਂਦੀ ਆ ਫਿਰ ਸਕੂਲ ਆਉਂਦਾ ਆ ਫਿਰ ਸਾਰੇ ਘਰ ਆਉਂਦੇ ਆ ਲੋਬੀ ਬਣਾਵਾਂਗੇ ਪਰ ਖਰਚੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਉੱਪਰਲਾ ਕੈਂਸਲ ਹੋ ਗਿਆ ਮੇਰੀ ਵਿਸ਼ ਸੀਗੀ ਕਿ ਓਦਾਂ ਮਤਲਬ ਉੱਪਰ ਇੱਕ ਰੂਮ ਜਿਹਾ ਬਣ ਜਾਂਦਾ ਕਿਉਂਕਿ ਐਕਸਟਰਾ ਸਮਾਨ ਬੰਦਾ ਉੱਥੇ ਰੱਖ ਸਕਦਾ ਆ ਹਨਾ ਸੋ ਦੇਖਦੇ ਹਾਂ ਬਾਕੀ ਅੱਜ ਨੀਚੇ ਚੱਲੇ ਨੀਚੇ ਲੈ ਕੇ ਆਓ ਸ਼ਾਮ ਨੂੰ ਵਿਊ ਬਹੁਤ ਅੱਛਾ ਲੱਗਦਾ ਜੋ ਸਾਰੀਆਂ ਲਾਈਟਾਂ ਵਗੈਰਾ ਔਨ ਕਰਦੇ ਹਾਂ ਸੋ ਜਿੱਦਾਂ ਹੀ ਸਾਰਾ ਘਰ ਦਾ ਕੰਮ ਖਤਮ ਹੋ ਜਾਏਗਾ ਆਪਣੀ ਐਨਵਰਸਰੀ ਜਿਹੜੀ ਸਾਡੀ 14 ਜੁਲਾਈ ਨੂੰ ਪਰਮ ਦਾ ਬਰਥਡੇ ਵੀ ਹੁੰਦਾ ਸਾਡੀ ਐਨਵਰਸਰੀ ਵੀ ਹੁੰਦੀ ਆ ਸੋ ਦੇਖਾਂਗੇ ਅਗਰ ਉਦੋਂ ਤੱਕ ਸਾਰਾ ਫਿਨਿਸ਼ ਹੋ ਗਿਆ ਤਾਂ ਫਿਰ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਵਾਂਗੇ ਘਰ ਆਪਣੇ ਅਤੇ ਜਾਂ ਫਿਰ ਮੇਰਾ 4 ਅਪ੍ਰੈਲ ਨੂੰ ਬਰਥਡੇ ਆ ਉਦੋਂ ਤਾਂ ਨਹੀਂ ਹੋ ਸਕਦਾ ਮੈਨੂੰ ਲੱਗਦਾ ਹੈ ਨਾ ਕਿਉਂਕਿ ਬਰਥਡੇ ਤਾਂ ਆ ਗਿਆ ਆ ਜਾਓ ਬਾਕੀ ਨੀਚੇ ਮਾਈ ਫੇਵਰੇਟ ਲਾਈਟਸ ਸ਼ਾਮ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਉਹਨੂੰ ਇੱਥੇ ਵੀ ਇੱਕ ਗਮਲਾ ਰੱਖਣਾ ਅਤੇ ਇੱਥੇ ਵੀ ਡੈਕੋਰੇਸ਼ਨ ਵਾਲਾ ਕੁਛ ਰੱਖਣਾ ਠੀਕ ਆ ਠੀਕ ਹੈ ਫਿਰ ਕੋਠੀ ਚੜ੍ਹਨੀ ਰਹਿਣ ਦੇਵਾਂਗੇ ਬਾਹਰੋਂ ਵੀ ਦਿਖਾ ਦੋ ਸਕੂਟਰੀ ਲਈ ਬਣਾਇਆ ਗਿਆ ਰੈਂਪ
ਠੀਕ ਹੈ ਜੀ ਵਾਈਟ ਬੱਟਾ ਅੱਜ ਫਿਨਿਸ਼ ਹੋ ਗਿਆ ਵੈਸੇ ਤੇ ਫਰੰਟ ਦਰਵਾਜ਼ਾ ਰਹਿ ਗਿਆ ਤੇਰਾ ਹਲੇ ਠੀਕ ਹੈ ਜਾਂਦੀ ਜਾਂਦੀ ਤੁਹਾਨੂੰ ਦਰਵਾਜ਼ਾ ਵੀ ਦਿਖਾਉਂਦੇ ਆ ਤੇ ਬਣੇ ਰਹੋ ਬਲੌਗ ਦੇ ਨਾਲ ਧਿਆਨ ਨਾ ਬੰਨੀ ਨਾ ਤੋੜ ਦੇ ਚੱਲ ਫਿਰ ਤੁਰ ਪਾ ਤੇਰੇ ਜੀਜੇ ਦੀ ਸਕੂਟਰੀ ਦੇ ਚੱਕਰ 'ਚ ਸਾਨੂੰ ਬੰਨੀ ਵੀ ਉੱਚੀ ਕਰਵਾਉਣੀ ਪੈ ਜੀ ਭਾਈ ਪੋਚਾ ਮੈਨ ਇਹ ਹਮਾਰਾ ਪੋਚਾ ਮੈਨ ਹੈ ਇਸਕੋ ਜੂਮ ਕਰਕੇ ਦਿਖਾਊ ਭਾਈ ਤਾਂ ਕਰ ਲੈਂਦੇ ਨੂੰ ਮੈਨੂੰ ਰੁਕ ਜਾ ਤੂੰ ਇਹਨਾਂ ਦਿਖਾਇਓ ਤਾਂ ਠੀਕ ਹੈ ਨਹੀਂ ਲੈਂਦਾ ਆਪਣੇ ਘਰ ਦੇ ਸੌਕਸ ਪਰਾਈ ਜਿਹੜੀ ਹੈਗੀ ਆਪਣੀ ਪੀਲੀ ਹਵੇਲੀ ਵਾਲੇ ਆਪਾਂ ਪਿੰਡ ਚ ਵੱਧਦੇ ਆ ਪੀਲੀ ਹਵੇਲੀ ਵਾਲੇ ਤੇ ਇੱਥੇ ਆਪਣਾ ਰੌਣਕ ਮੇਲਾ ਲੱਗਾ ਹੀ ਰਹਿੰਦਾ ਸਾਰਿਆਂ ਨੇ ਦੇਖਿਆ ਹੀ ਆ ਡੈਡੀ ਬਹਿ ਜਾ ਚਲੋ ਫਿਰ ਡੈਡੀ ਨੂੰ ਏਦਾਂ ਲੱਗਦਾ ਫਿਰ ਜਿੱਦਾਂ ਮੈਂ ਆਉਂਦੀ ਨਹੀਂ ਦੇਖ ਸਕਦੇ ਮੂੰਹ ਕਿੱਦਾਂ ਰੋਣ ਵਾਲਾ ਬਣਾ ਦੇਖਤਾ ਸਹੀ ਨਹੀਂ ਨਹੀਂ ਉਦੀ ਉਹ ਜਾਣਾ ਹੁਣ ਟਾਈਮ ਹੁਣ ਹੁਣ ਆਪਾਂ ਡੈਡੀ ਨੂੰ ਕਰਾਂਗੇ ਬਾਏ ਬਾਏ ਆਹ ਆਪਣੇ ਘਰ ਦੀ ਬਾਹਰ ਦੀ ਐਂਟਰੀ ਆ ਪੀ ਪੀ ਮਾਰੀ ਮੰਮੂ ਸੋ ਇਹ ਚੌਂਕ ਹੈ ਬਹੁਤ ਜਣੇ ਪਛਾਣਦੇ ਹੈਗੇ ਆ ਹਾਂ ਗੂਗਲ ਤੇ ਸਰਚ ਕਰਨਾ ਹੋਏ ਤੇ ਕੀ ਆਉਂਦਾ ਸ਼ੇਰਗਿੱਲ ਚੌਂਕ ਆ ਸਾਰੇ ਆਪਣੇ ਹੀ ਘਰ ਆ ਸੋ ਬਾਏ ਬਾਏ ਬਾਕੀ ਅਸੀਂ ਹੁਣ ਜਾ ਕੇ ਪਹਿਲਾਂ ਬੰਗੀ ਰੁਕਣਾ ਆ ਥੋੜਾ ਜਿਹਾ ਉੱਥੇ ਗੇਟ ਥੋੜਾ ਜਿਹਾ ਦੇਖਣਾ ਆ ਭਾਜੀ ਤੋਂ ਬਹੁਤ ਸੋਹਣੇ ਬਣਾਉਂਦੇ ਆ ਤੁਹਾਨੂੰ ਮਿਲਾਉਂਦੇ ਆ ਉਹਨਾਂ ਨਾਲ ਜਾ ਕੇ ਜੀ ਹੋਏ ਸ਼ੋਪ ਤੇ ਬਾਕੀ ਚੱਲੇ ਆ ਚੰਡੀਗੜ੍ਹ ਮੰਮੀ ਮੇਰੀ ਬੜੀ ਖੁਸ਼ ਹੋਣੇ ਆ ਵੈਸੇ ਮੰਮੀ ਫੋਨ ਕਰ ਰਹੀ ਸੀ ਦਾਦੀ ਕਿੱਦਾਂ ਆਉਣਾ ਆ ਦਾਦੀ ਕਿੱਦਾਂ ਆਉਣਾ ਪਰ ਮੈਂ ਦੱਸਣਾ ਨਹੀਂ ਬਿਨਾਂ ਦੱਸੇ ਜਾਣਾ ਸੋ ਮਿਲਦੇ ਆ ਤੁਹਾਨੂੰ ਜਾ ਕੇ